अच्छा साहिल एक सवाल है मेरा। हाँ जी हाँ जी एक कॉपी राइटिंग ਤੁਸੀਂ ਕਹਿੰਦੇ ਕਾਪੀ ਰਾਈਟਿੰਗ ਕਰਦੇ ਹੋ ਕਾਪੀ ਰਾਈਟਿੰਗ ਹੁੰਦੀ ਕੀ ਪਹਿਲਾਂ ਮੈਂ ਸਾਡੇ ਆਡੀਅנס ਨੂੰ ਇੱਕ ਵਾਰੀ ਦੱਸੋ ਲੈ ਭਾਜੀ ਇਹ ਬਹੁਤ ਸਿੰਪਲ ਜੀ ਟਰਮ ਹੈ ਕਾਪੀ ਉੱਤੇ ਲਿਖਣਾ ਕਾਪੀ ਰਾਈਟਿੰਗ ਹੈ ਕਿਉਂਕਿ ਅੱਜ ਕੱਲ੍ਹ ਨਾ ਲੈਪਟਾਪ ਫੋਨ ਤੇ ਨਾ ਮਜ਼ਾ ਨਹੀਂ ਆਉਂਦਾ ਇੱਕ ਪ੍ਰੋਪਰ ਜਿਹੜਾ ਰਾਈਟਰ ਹੁੰਦਾ ਨਾ ਕਾਪੀ ਰਾਈਟਿੰਗ ਕਰਦਾ ਮੰਨ ਲਓ ਮੈਂ ਰੇਡੀਓ 'ਚ ਕਾਪੀ ਰਾਈਟਿੰਗ ਕਰਦਾ ਉਹਦੇ 'ਚ ਕਲਾਇੰਟ ਦੀ ਡਿਮਾਂਡ ਆਉਂਦੀ ਹੈ ਕਿ ਸਾਨੂੰ ਇਹ ਐਡ ਚਾਹੀਦੀ ਹੈ ਜੀ ਕੋਈ ਵੀ ਅਜੀਬੋ ਗਰੀਬ ਡਿਮਾਂਡ ਹੋਵੇ ਬਿਲਡਿੰਗ ਦੀ ਐਡ ਕਰ ਦਿਓ ਬਸ ਉਹ ਆਪਾਂ ਐਡ ਲਿਖ ਕੇ ਦੇ ਦੇਣੀ ਹੈ ਠੀਕ ਤੁਸੀਂ ਮੇਰੇ ਤੋਂ ਕੋਈ ਵੀ ਐਡ ਕਰਵਾ ਕੇ ਦੇਖ ਲਓ ਮੈਂ ਤੁਹਾਨੂੰ ਹੁਣੇ ਲਾਈਵ ਡੈਮੋ ਦੇ ਦਿੰਦਾ ਉਸਤਾਦ ਦਾ ਆਪਾਂ ਵਿਆਹ ਕਰਾਣਾ ਇਹਦੇ ਵਾਸਤੇ ਇੱਕ ਮੈਟ੍ਰੀਮੋਨੀਅਲ ਐਡ ਕਰ ਦਿਓ ਕਿ ਵਧੀਆ ਜੀ ਮੱਝ ਲੱਭ ਜੇ ਸਾਨੂੰ ਮੱਝ ਲੋ ਮੈਂ ਮੱਝ ਦੀ ਐਡ ਕਰ ਦਿੰਦਾ ਭਾਜੀ ਦੇਖੋ ਹਾਈਪੋਥੈਟੀਕਲ ਸਿਚੁਏਸ਼ਨ ਹੈ ਬਿਲਕੁਲ ਬਿਲਕੁਲ ਅੱਛਾ ਮੰਨ ਲਓ ਮੈਂ ਰੇਡੀਓ 'ਚ ਕਾਪੀਰਾਈਟਰ ਸੀ ਤੇ ਮੈਂ ਮੱਝ ਦੀ ਐਡ ਕਰਨੀ ਹੈ ਤੇ ਮੈਂ ਕੀ ਕਰਾਂਗਾ ਜੀ ਪਹਿਲਾਂ ਨਾ ਇੱਕ ਆਵਾਜ਼ ਆਉਂਦੀ ਹੈ ਪਿੱਛੋਂ ਐਂਕਰ ਵੀ ਉਹ ਨੂੰ ਕਹਿੰਦੇ ਆ ਪਰਵਿੰਦਰ ਤੂੰ ਸਵੇਰੇ ਸਵੇਰੇ ਕਿੱਥੇ ਚੱਲਾਂ ਮੈਂ ਦੁੱਧ ਲੈਣ ਚੱਲਾਂ ਅੱਛਾ ਡੇਰੀ ਵਾਲੀ ਦੁਕਾਨ ਤੇ ਤਾਂ ਬਹੁਤ ਭੀੜ ਹੁੰਦੀ ਹੋਏਗੀ ਹਾਂ ਮੋਢੇ 'ਚ ਮੋਢਾ ਵੱਜਦਾ ਪਰਵਿੰਦਰ ਭੀੜ ਵਿੱਚ ਨਾ ਵੱਜ ਹੈਵ ਯੋਰ ਓਨ ਮੱਝ ਆਪਣੀ ਸਮੱਸਿਆਵਾਂ ਤੋਂ ਹੱਥ ਧੋ ਲਓ ਜਦੋਂ ਮਰਜ਼ੀ ਦੁੱਧ ਚੋ ਲਓ तबलेदार उस्ताद रंग गोरा तबला पोला ओ रंग गोरा तबला पोला नी मजे उते मर गए आए ਨਿਮਾਜੀ ਉੱਤੇ ਮਰ ਗਏ ਆਏ ਉਹ ਗੋਬਰ ਕਰ ਗਈ ਏ ਤੇ ਦਿਲ ਇਹ ਛੱਡ ਗਏ ਆਏ।